जो कम सरकारां नहीं कर सकियां वह कम संतां ने कर दिखाया। भावें पंजाब सरकार वालों होला महला तो पहला बंगा श्री आनंदपुर साहब सारा मार्ग की खस्ता हालत नूं ठीक कराने का वादा किया सी, पर सरकार होले महले तो पहला इस मार्ग की मरम्मत करन विच असफल रही है, जिस नूं लैके गुरद्वारा गुरुसर साहब छेवीं पातशाही खेड़ा बेट कपूरथला दे संत बाबा लीडर सिंह डेरा बाबा चरणदास जी उदासी संत महात्मा मुनि जी ਅਤੇ ਗੁਰਮਤ ਵਿਦਿਆਲਿਆ ਭਾਈ ਗੁਰਦਾਸ ਜੀ ਦੇ ਸੇਵਾਦਾਰ ਭਾਈ ਜੱਗਾ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਸ ਮਾਰਗ ਦੇ ਖੱਡੇ ਪੂਰਨ ਦਾ ਕੰਮ ਅੱਜ ਤੋਂ ਸ਼ੁਰੂ ਕੀਤਾ ਗਿਆ। ਇਸ ਮੌਕੇ 'ਤੇ ਕਪੂਰਥਲਾ ਜ਼ਿਲ੍ਹੇ ਤੋਂ ਆਈਆਂ ਸੰਗਤਾਂ ਨੇ ਵੀ ਇਸ ਸੇਵਾ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਸੰਤ ਬਾਬਾ ਲੀਡਰ ਸਿੰਘ ਦਾ ਕਹਿਣਾ ਹੈ ਕਿ ਸੰਗਤਾਂ ਦੇ ਸਹਿਯੋਗ ਨਾਲ ਇਸ ਮਾਰਗ ਨੂੰ ਹੋਲੇ ਮਹੱਲੇ ਲਈ ਕਾਬਲ ਬਣਾਇਆ ਜਾ ਰਿਹਾ ਹੈ। ਸਾਜੀ ਨਵਾਜੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀਓ। ਗੁਰੂ ਜੀ ਵੱਲੋਂ ਬਖਸ਼ੀ ਹੋਈ ਗੁਰਫਤਿਹ ਪ੍ਰਵਾਨ ਕਰਨੀ, ਸਾਰੀ ਸੰਗਤ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਪਾਰ ਕਿਰਪਾ ਦੇ ਨਾਲ ਜੋ ਸਹਿਬੇ ਕਮਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਹੋਲੇ ਮਹੱਲੇ ਦਾ ਜੋੜ ਮੇਲਾ ਆਰੰਭ ਕੀਤਾ ਗਿਆ ਸੀ, ਜੋ ਕਿ 21 ਮਾਰਚ ਨੂੰ ਆ ਰਿਹਾ ਹੈ। ਇਸੇ ਸੰਬੰਧ ਵਿੱਚ ਪਿੰਡ ਖੈੜਾ ਬੇਟ ਦੇ ਡੇਰਾ ਬਾਬਾ ਚਰਨਦਾਸ ਜੀ ਅਤੇ ਉਸ ਦੇ ਮੁੱਖ ਸੇਵਾਦਾਰ ਸੰਤ ਮਹਾਤਮਾ ਮੁਨ ਜੀ, ਸੰਗਤਾਂ ਸਮੇਤ ਦਾਸ ਪਿੰਡ ਸੈਫਲਾਬਾਦ ਜ਼ਿਲ੍ਹਾ ਕਪੂਰਥਲਾ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਸੰਗਤਾਂ ਨੂੰ ਨਾਲ ਲੈ ਕੇ ਜੋ ਰਸਤਾ ਬੰਗਿਆਂ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਟੋਏ ਟਿੱਬੇ ਪੈ ਸਨ, ਉਹਨਾਂ ਨੂੰ ਪੂਰਨ ਵਾਸਤੇ ਉਪਰਾਲਾ ਕੀਤਾ ਗਿਆ। ਇਸ ਵਿੱਚ ਜੋ ਕਪੂਰਥਲਾ ਸ਼ਹਿਰ ਦੇ ਵਿਦਿਆਲਾ ਭਾਈ ਗੁਰਦਾਸ ਜੀ, ਭਾਈ ਜੱਗਾ ਸਿੰਘ ਜੀ ਦਾ ਬਹੁਤ ਵੱਡਾ ਉੱਦਮ ਹੈ, ਜਿਨ੍ਹਾਂ ਨੇ ਇਹ ਦੋਵਾਂ ਗੁਰੂ ਘਰਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਉਪਰਾਲਾ ਕਰੀਏ, ਕਿਉਂਕਿ ਹੋਲੇ ਮਹੱਲੇ ਦਾ ਜੋੜ ਮੇਲਾ ਨਜ਼ਦੀਕ ਆ ਰਿਹਾ ਅਤੇ ਸੰਗਤਾਂ ਨੂੰ ਬਹੁਤ ਟੋਏ ਟਿੱਬੇ ਪੈਣ ਦਾ ਕਾਰਨ ਤਕਲੀਫਾਂ ਆਉਣੀਆਂ ਹਨ। ਇਸੇ ਕਰਕੇ ਕਾਰ ਸੇਵਾ ਗੁਰੂ ਦੀ ਕਿਰਪਾ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੀ ਗਈ ਹੈ। ਇਹ ਜੀ ਜਿੰਨੀ ਵੀ ਖਰਾਬ ਆਈ ਆਨੰਦਪੁਰ ਸਾਹਿਬ ਤੱਕ, ਕਿੱਥੋਂ ਗੜ ਸ਼ੰਕਰ ਤੋਂ? ਹਾਂਜੀ, ਜਿੰਨੀ ਟੋਏ ਸਾਰੀ ਖਰਾਬ ਆਈ ਸੜਕ ਉੱਥੋਂ ਮਤਲਬ ਆਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਤੱਕ ਹੀ ਪਾ ਰਹੇ ਜਾਂ ਹੋਰ ਵੀ? ਨਹੀਂ, ਗੜ ਸ਼ੰਕਰ ਤੋਂ ਜਿੰਨੀ ਅੱਗੇ ਨੂੰ ਆਨੰਦਪੁਰ ਸਾਹਿਬ ਤੱਕ ਖਰਾਬ ਆਈ ਸੜਕ। ਅੱਛਾ, ਮੇਲਾ ਆ ਰਿਹਾ ਜੀ, ਉਹਦਾ ਕਰਕੇ ਸੰਗਤਾਂ ਨੂੰ ਬਹੁਤ ਪ੍ਰੋਬਲਮ ਹੈ, ਇਸ ਕਰਕੇ ਬਾਬਾ ਜੀ ਸੇਵਾ।